महाराजा रणजीत सिंह ने लगभग पंजाब उत्ते 40 साल राज किया। उन्हां दा काल वस हो जाण तों बाद शाही वंश उत्ते बिपतां दा पहाड़ टुट गया, जिस लाहौर दरबार दे विच बैठ के महाराजा रणजीत सिंह अपनी एक अख दे नाल हजारां अखां दे उत्ते नजर रखदे सन। अज उस लाहौर दरबार नूं साजिशां दा अड्डा बना लिया। महाराजा रणजीत सिंह 27 जून 1839 ईस्वी नूं काल वस हो जाण तों पहलां ही अपने बड़े पुत्र खड़क सिंह नूं अपना उत्तराधिकारी नियुक्त कर गया सी। इसे मौके दा फायदा चक के कवर नौ निहाल सिंह ने डोगरियां दी मदद दे नाल गद्दी दे उत्ते बैठिया, जिसने अक्तूबर 1839 ईस्वी तो लैके नवंबर 1840 ईस्वी तक गद्दी ते राज कीता। निहाल सिंह ने ध्यान सिंह डोगरे दी सहायता दे नाल गद्दी प्राप्त करन तो बाद अपने पिता खड़क सिंह नूं कैद कर लिया सी। लगभग खड़क सिंह एक साल तक बीमार रहा, लेकिन उस एक साल दे दौरान कवर नौ निहाल सिंह सिर्फ एक बार खड़क सिंह नूं मिलन गया सी। कवर नौ निहाल सिंह दी मौत तो बाद उस दी माता चंद कौर गद्दी ते बैठी, जिसने नवंबर 1840 ईस्वी तो जनवरी 1841 तक गद्दी ते रही। उस समय गद्दी दे दो दावेदार सी, एक चंद कौर ते दूसरा महाराजा रणजीत सिंह दा पुत्तर शेर सिंह। खालसा फौज दे सिर ते शेर सिंह लाहौर दा महाराजा बनया सी, लेकिन तनखाह वधाउण तों इलावा खालसा फौज दीआं होर ओह मंगां नूं पूरा नहीं कर सकिया। छुटकारा पाउण दे लई शेर सिंह ने संधे वालिया सरदार अतर सिंह ते अजीत सिंह नूं बुलाया, लेकिन संधा वालिया सरदार पहलां ही शेर सिंह वल्लों कीते गए बर्ताव दा बदला लैणा चाहुंदा सी ते उसनां नूं हुण मौका मिल गया सी बदला लैण दा। सिंह नूं अजीत सिंह ने एक बंदूक पेश कीती। जदों बंदूक ਫੜਨ ਦੇ ਲਈ ਸ਼ੇਰ ਸਿੰਘ ਥੱਲੇ ਚੁੱਕਿਆ ਤਾਂ ਅਜੀਤ ਸਿੰਘ ਨੇ ਪਹਿਲਾਂ ਹੀ ਲੋਡ ਕੀਤੀ ਹੋਈ ਗੰਨ ਦਾ ਘੋੜਾ ਦੱਬ ਦਿੱਤਾ ਤੇ ਸ਼ੇਰ ਸਿੰਘ ਮੌਕੇ ਤੇ ਹੀ ਢੇਰੀ ਹੋ ਗਿਆ। ਸ਼ੇਰ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਦਾ ਪੰਜਵਾਂ ਵਾਰਿਸ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ, ਜਿਹੜਾ ਕਿ 1843 ਈਸਵੀ ਤੋਂ ਲੈ ਕੇ 1849 ਈਸਵੀ ਤੱਕ ਗੱਦੀ ਤੇ ਰਿਹਾ। ਉਸ ਸਮੇਂ ਉਹਨਾਂ ਦੀ ਉਮਰ ਮਹਿਜ 5 ਸਾਲ ਦੀ ਸੀ। ਫਿਰ 1849 ਈਸਵੀ ਦੇ ਵਿੱਚ ਹੁੰਦਾ ਹੈ ਦੂਸਰਾ ਸਿੱਖ ਐਂਗਲੋ ਯੁੱਧ, ਜਿਸ ਦੇ ਵਿੱਚ ਵੀ ਸਿੱਖਾਂ ਦੀ ਹਾਰ ਹੋਈ ਤੇ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਨੂੰ ਆਪਣੇ ਕਬਜ਼ੇ ਦੇ ਵਿੱਚ ਤੇ ਮਹਾਰਾਜਾ ਦਲੀਪ ਸਿੰਘ ਨੂੰ 5 ਲੱਖ ਰੁਪਏ ਸਾਲਾਨਾ ਪੈਨਸ਼ਨ ਲਗਾ ਕੇ ਮਹਾਰਾਣੀ ਜਿੰਦ ਕੌਰ ਦੇ ਨਾਲ ਇੰਗਲੈਂਡ ਦੇ ਵਿੱਚ ਭੇਜ ਦਿੱਤਾ। महाराजा रणजीत सिंह ने लगभग पंजाब उत्ते 40 साल राज किया। 27 जून 1840 ईस्वी नूं उन्हां दा काल वस हो जाण तों बाद शाही वंश उत्ते बिपतां दा पहाड़ टुट गया, जिस लाहौर दरबार दे विच बैठ के महाराजा रणजीत सिंह अपनी एक अख दे नाल हजारां अखां दे उत्ते नजर रखदे सन। अज उस लाहौर दरबार नूं साजिशां दा अड्डा बना लिया गया। महाराजा रणजीत सिंह जी तों बाद उन्हां दे उत्तराधिकारी उन्हां दे वारिस गद्दी ते बहिंदे रहे, लेकिन लाहौर दरबार दे विच हो रहियां अंदरूनी साजिशां दी भेट चढ़ के ਉਹ ਵੀ ਮੌਤ ਦੇ ਮੂੰਹ ਵੱਲ ਜਾਂਦੇ ਰਹੇ। ਇਹਨਾਂ ਸਾਜ਼ਿਸ਼ਾਂ ਦਾ ਫਾਇਦਾ ਚੁੱਕ ਕੇ ਅੰਗਰੇਜ਼ਾਂ ਨੇ ਪੰਜਾਬ ਉੱਤੇ 2 ਲੜਾਈਆਂ ਲੜਨ ਤੋਂ ਬਾਅਦ ਪੰਜਾਬ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਅੱਜ ਅਸੀਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਰਸਾਂ ਦੇ ਬਾਰੇ, ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲਾਂ ਦਾ ਕਾਇਮ ਕੀਤਾ ਸਾਮਰਾਜ ਉਹਨਾਂ ਦੇ ਵਾਰਸਾਂ ਦੇ ਹੱਥੋਂ 10 ਸਾਲਾਂ ਦੇ ਵਿੱਚ ਮੁੱਠੀ 'ਚ ਫੜੇ ਰੇਤ ਵਾਂਗ ਨਿਕਲ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦੇ ਕੁੱਲ 3 ਵਿਆਹ ਹੋਏ। ਪਹਿਲਾ ਵਿਆਹ ਮਹਿਤਾਬ ਕੌਰ ਨਾਲ ਹੋਇਆ, ਦੂਸਰਾ ਵਿਆਹ ਦਤਾਰ ਕੌਰ ਨਾਲ ਹੋਇਆ ਤੇ ਤੀਸਰਾ ਵਿਆਹ ਰਾਣੀ ਜਿੰਦ ਕੌਰ ਦੇ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਟੋਟਲ 8 ਪੁੱਤ ਹੋਏ, ਜਿਹਦੇ ਵਿੱਚੋਂ ਸਭ ਤੋਂ ਵੱਡਾ ਪੁੱਤਰ ਖੜਕ ਸਿੰਘ ਸੀ ਤੇ ਸਭ ਤੋਂ ਛੋਟਾ ਪੁੱਤਰ ਮਹਾਰਾਜਾ ਦਲੀਪ ਸਿੰਘ ਸੀ, ਜੋ ਕਿ ਸਿੱਖ ਸਾਮਰਾਜ ਦਾ ਆਖਰੀ ਰਾਜਾ ਸੀ। ਮਹਾਰਾਜਾ ਰਣਜੀਤ ਸਿੰਘ 27 ਜੂਨ 1849 ਈਸਵੀ ਨੂੰ ਕਾਲ ਵਸ ਹੋ ਜਾਣ ਤੋਂ ਪਹਿਲਾਂ ਹੀ ਆਪਣੇ ਬੜੇ ਪੁੱਤਰ ਖੜਕ ਸਿੰਘ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਗਿਆ ਸੀ। ਧਿਆਨ ਸਿੰਘ ਡੋਂਗਰੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਧਾਨ ਮੰਤਰੀ ਲਗਾ ਰੱਖਿਆ ਸੀ, ਜਾਂ ਕਹਿ ਲਓ ਵਜ਼ੀਰ ਲਗਾ ਰੱਖਿਆ ਸੀ। ਖੜਕ ਸਿੰਘ ਤੇ ਧਿਆਨ ਸਿੰਘ ਦੀ ਆਪਸ ਦੇ ਵਿੱਚ ਨਹੀਂ ਬਣਦੀ ਸੀ, ਉਹ ਇੱਕ ਦੂਜੇ ਦੇ ਖਿਲਾਫ ਹੀ ਰਹਿੰਦੇ ਸੀ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਚਿਤਾ ਤੇ ਖੜੇ ਕਰਕੇ ਖੜਕ ਸਿੰਘ ਤੇ ਧਿਆਨ ਸਿੰਘ ਨੂੰ ਕਸਮ ਦਵਾਈ ਗਈ ਸੀ ਕਿ ਤੁਸੀਂ ਇੱਕ ਦੂਜੇ ਦੇ ਖਿਲਾਫ ਨਹੀਂ ਮਿਲ ਕੇ ਕੰਮ ਕਰੋਗੇ। ਪਰ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਅਜੇ ਚਿਤਾ ਠੰਡੀ ਵੀ ਨਹੀਂ ਹੋਈ ਤੇ ਧਿਆਨ ਸਿੰਘ ਤੇ ਖੜਕ ਸਿੰਘ ਨੇ ਇੱਕ ਦੂਜੇ ਦੇ ਖਿਲਾਫ ਚੱਲਣਾ ਸ਼ੁਰੂ ਕਰ ਦਿੱਤਾ। ਖਾਧੀਆਂ ਕਸਮਾਂ ਤੇ ਕੀਤੇ ਵਾਅਦੇ ਤੋੜ ਦਿੱਤੇ, ਵਚਨ ਭੰਗ ਕਰ ਦਿੱਤੇ ਤੇ ਇੱਕ ਦੂਜੇ ਦੇ ਖਿਲਾਫ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਰਣਜੀਤ ਸਿੰਘ ਦਾ ਬੜਾ ਪੁੱਤਰ ਖੜਕ ਸਿੰਘ ਇੰਨਾ ਯੋਗ ਨਹੀਂ ਸੀ ਕਿ ਉਹ ਰਾਜ ਚਲਾ ਸਕੇ, ਕਿਉਂਕਿ ਉਸਨੂੰ ਇੱਕ ਸ਼ੌਂਕ ਹੁੰਦਾ ਸੀ ਕਿਸੇ ਨੂੰ ਆਪਣਾ ਕਿਰਪਾ ਪਾਤਰ ਬਣਾਉਣਾ, ਯਾਨੀ ਕਿਸੇ ਤੋਂ ਆਪਣੇ ਉੱਪਰ ਅਹਿਸਾਨ ਕਰਵਾ ਲੈਣਾ। ਇਹੋ ਜਿਹਾ ਬੰਦਾ ਫਿਰ ਉਸਨੂੰ ਟੱਕਰਿਆ ਚੇਤ ਸਿੰਘ। ਚੇਤ ਸਿੰਘ ਪਹਿਲਾਂ ਹੀ ਡੋਗਰਿਆਂ ਦੇ ਨਾਲ ਲੱਗਦਾ ਸੀ। ਉਸਨੇ ਧਿਆਨ ਸਿੰਘ ਡੋਗਰਾ ਤੇ ਹੋਰ ਡੋਗਰੇ ਸਰਦਾਰਾਂ ਦੇ ਖਿਲਾਫ ਖੜਕ ਸਿੰਘ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਹਦੀ ਚੁਕਤ ਦੇ ਵਿੱਚ ਆ ਕੇ ਖੜਕ ਸਿੰਘ ਨੇ ਐਲਾਨ ਕਰ ਦਿੱਤਾ ਕਿ
ਧਿਆਨ ਸਿੰਘ ਤੇ ਉਸ ਦਾ ਪੁੱਤਰ ਹੀਰਾ ਸਿੰਘ ਸ਼ਾਹੀ ਮਹਿਲਾਂ ਦੇ ਵਿੱਚ ਕਦਮ ਨਹੀਂ ਰੱਖਣਗੇ। ਧਿਆਨ ਸਿੰਘ ਡੋਗਰਾ ਜੋ ਮੌਕੇ ਦਾ ਵਜ਼ੀਰ ਸੀ, ਪ੍ਰਧਾਨ ਮੰਤਰੀ ਸੀ, ਸਾਰੀਆਂ ਸ਼ਕਤੀਆਂ ਉਹਦੇ ਕੋਲ ਸੀ, ਉਹ ਇੰਨਾ ਪਾਵਰਫੁਲ ਸੀ ਕਿ ਉਸਨੇ ਖੜਕ ਸਿੰਘ ਦੇ ਐਲਾਨ ਨੂੰ ਆਪਣੀ ਬਗਾਵਤ ਸਮਝਿਆ, ਆਪਣੀ ਬੇਇੱਜ਼ਤੀ ਸਮਝਿਆ। ਇਸ ਐਲਾਨ ਦਾ ਬਦਲਾ ਲੈਣ ਦੇ ਲਈ ਫਿਰ ਧਿਆਨ ਸਿੰਘ ਡੋਗਰਾ ਨੇ ਵੀ ਸਾਜਿਸ਼ ਕੀਤੀ। ਉਸਨੇ ਖੜਕ ਸਿੰਘ ਦੇ ਪੁੱਤਰ ਕਵਰ ਨੌ ਨਿਹਾਲ ਸਿੰਘ ਤੇ ਉਸਦੀ ਮਾਤਾ ਚੰਦ ਕੌਰ ਨੂੰ ਆਪਣੇ ਨਾਲ ਮਿਲਾ ਲਿਆ। ਲਾਹੌਰ ਦਰਬਾਰ ਦੇ ਵਿੱਚ ਉਹਨਾਂ ਨੇ ਇਹ ਗੱਲ ਦੀ ਅਫਵਾਹ ਫੈਲਾ ਦਿੱਤੀ ਕਿ ਖੜਕ ਸਿੰਘ ਤੇ ਚੇਤ ਸਿੰਘ ਪੰਜਾਬ ਨੂੰ ਅੰਗਰੇਜ਼ਾਂ ਦੇ ਕੋਲ ਵੇਚਣ ਦੀ ਤਿਆਰੀ ਕਰ ਰਹੇ ਆ, ਪਲੈਨਿੰਗ ਕਰਕੇ ਬੈਠੇ ਆ। ਕਵਰ ਨੌ ਨਿਹਾਲ ਸਿੰਘ ਤੇ ਚੰਦ ਕੌਰ ਦੇ ਨਾਲ ਮਿਲ ਕੇ ਧਿਆਨ ਸਿੰਘ ਡੋਗਰਾ ਨੇ ਚੇਤ ਸਿੰਘ ਨੂੰ ਮਾਰਨ ਦੀ ਸਾਜਿਸ਼ ਬਣਾਈ। ਧਿਆਨ ਸਿੰਘ ਡੋਗਰਾ ਆਪਣੇ ਬੰਦਿਆਂ ਨੂੰ ਲੈ ਕੇ ਕਿਲੇ ਦੇ ਅੰਦਰ ਐਂਟਰ ਹੋਇਆ। ਖੜਕ ਸਿੰਘ ਦੇ ਸਾਹਮਣੇ ਹੀ ਉਸਨੇ ਚੇਤ ਸਿੰਘ ਨੂੰ ਕਤਲ ਕਰ ਦਿੱਤਾ। ਕਹਿੰਦੇ ਆ ਕਿ ਡੋਗਰੇ ਉਸ ਟਾਈਮ ਇੰਨੇ ਗੁੱਸੇ ਵਿੱਚ ਸੀ, ਜੇ ਚੰਦ ਕੌਰ ਤੇ ਕਵਰ ਨੌ ਨਿਹਾਲ ਸਿੰਘ ਉਸ ਨੂੰ ਨਾ ਰੋਕਦਾ ਤਾਂ ਸ਼ਾਇਦ ਉਹ ਖੜਕ ਸਿੰਘ ਨੂੰ ਵੀ ਮਾਰ ਕੇ ਜਾਂਦੇ। ਖੜਕ ਸਿੰਘ ਇੰਨਾ ਇਮੋਸ਼ਨਲ ਬੰਦਾ ਸੀ, ਉਹਨੂੰ ਆਪਣੇ ਰਾਈਟ ਹੈਂਡ ਚੇਤ ਸਿੰਘ ਦੀ ਮੌਤ ਦਾ, ਉਸਦੇ ਕਤਲ ਦਾ ਬਹੁਤ ਅਫਸੋਸ ਸੀ, ਪਰ ਉਹ ਕੁਛ ਨਹੀਂ ਕਰ ਸਕਿਆ। ਉਸਦੇ ਦੁੱਖ ਦੇ ਵਿੱਚ ਉਸਨੇ ਸ਼ਾਹੀ ਮਹਿਲ ਛੱਡ ਕੇ ਇੱਕ ਸਧਾਰਨ ਮਕਾਨ ਦੇ ਵਿੱਚ ਸ਼ਹਿਰ ਦੇ ਵਿੱਚ ਜਾ ਕੇ ਰਹਿਣ ਲੱਗ ਪਿਆ। ਇਸੇ ਮੌਕੇ ਦਾ ਫਾਇਦਾ ਚੱਕ ਕੇ ਕਵਰ ਨੌ ਨਿਹਾਲ ਸਿੰਘ ਨੇ ਡੋਗਰਿਆਂ ਦੀ ਮਦਦ ਦੇ ਨਾਲ ਗੱਦੀ ਦੇ ਉੱਤੇ ਬੈਠਿਆ, ਜਿਸ ਨੇ ਅਕਤੂਬਰ 1849 ਈਸਵੀ ਤੋਂ ਲੈ ਕੇ ਨਵੰਬਰ 1840 ਈਸਵੀ ਤੱਕ ਗੱਦੀ ਤੇ ਰਾਜ ਕੀਤਾ। ਕਵਰ ਨੌ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ, ਜਿਹੜਾ ਕਿਹਾ ਜਾਂਦਾ ਹੈ ਕਿ ਬਾਕੀ ਸਾਰੇ ਉੱਤਰਾਧਿਕਾਰੀਆਂ ਦੇ ਵਿੱਚੋਂ ਸਭ ਤੋਂ ਵੱਧ ਸੂਝਵਾਨ ਤੇ ਸਮਝਦਾਰ ਬੰਦਾ ਸੀ। ਡੋਗਰਿਆਂ ਦੀ ਮਦਦ ਦੇ ਨਾਲ ਉਸਨੇ ਗੱਦੀ ਤਾਂ ਪਾ ਲਈ, ਲੇਕਿਨ ਆਪਣੇ ਬਾਪ ਖੜਕ ਸਿੰਘ ਵਾਂਗ ਧਿਆਨ ਸਿੰਘ ਡੋਗਰਾਂ ਦੇ ਨਾਲ ਉਹਦੇ ਵੀ ਰਿਲੇਸ਼ਨ ਜਲਦੀ ਹੀ ਵਿਗੜ ਗਏ। ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਰਾਜ ਦੇ ਵਿੱਚ ਜਨਤਾ ਦੀ ਭਲਾਈ ਦੇ ਕਈ ਹੁਕਮ ਜਾਰੀ ਕੀਤੇ ਤੇ ਜਿਨ੍ਹਾਂ ਨੂੰ ਉਹ ਜਨਤਾ ਤੱਕ ਪਹੁੰਚਾਉਣਾ ਵੀ ਚਾਹੁੰਦਾ ਸੀ, ਲੇਕਿਨ ਅੰਗਰੇਜ਼ਾਂ ਦੀਆਂ ਰਾਜਸੀ ਚਾਲਾਂ ਦੇ ਵਿੱਚ ਉਲਝ ਕੇ ਰਹਿ ਗਿਆ। ਕਵਰ ਨੌ ਨਿਹਾਲ ਸਿੰਘ ਨੇ ਧਿਆਨ ਸਿੰਘ ਡੋਗਰੇ ਦੀ ਸਹਾਇਤਾ ਦੇ ਨਾਲ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਪਿਤਾ ਖੜਕ ਸਿੰਘ ਨੂੰ ਕੈਦ ਕਰ ਲਿਆ ਸੀ। ਲਗਭਗ ਖੜਕ ਸਿੰਘ ਇੱਕ ਸਾਲ ਤੱਕ ਬਿਮਾਰ ਰਿਹਾ, ਲੇਕਿਨ ਉਸ ਇੱਕ ਸਾਲ ਦੇ ਦੌਰਾਨ ਕਵਰ ਨੌ ਨਿਹਾਲ ਸਿੰਘ ਸਿਰਫ ਇੱਕ ਵਾਰ ਖੜਕ ਸਿੰਘ ਨੂੰ ਮਿਲਣ ਗਿਆ ਸੀ। ਉਸ ਨੂੰ ਵੀ ਫਿਰ ਆਪਣੀ ਕਰਨੀ ਆਪ ਭਰਨੀ ਪਈ। 5 ਨਵੰਬਰ 1840 ਈਸਵੀ ਨੂੰ ਖੜਕ ਸਿੰਘ ਦੀ ਮੌਤ ਹੋ ਗਈ ਤੇ ਉਸ ਦੇ ਅੰਤਿਮ ਸੰਸਕਾਰ ਤੋਂ ਵਾਪਸ ਆਉਂਦੇ ਹੋਏ ਹਜ਼ੂਰੀ ਬਾਗ ਦੀ ਦੀਵਾਰ ਗਿਰਨ ਕਰਕੇ, ਸੱਟਾਂ ਲੱਗਣ ਕਰਕੇ ਕਵਰ ਨੌ ਨਿਹਾਲ ਸਿੰਘ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਕਵਰ ਨੌ ਨਿਹਾਲ ਸਿੰਘ ਦੀ ਕੰਧ ਦੇ ਹੇਠਾਂ ਸੱਟਾਂ ਲੱਗਣ ਕਰਕੇ ਮੌਤ ਹੋਣ ਦੇ ਪਿੱਛੇ ਵੀ ਟੋਗਰਿਆਂ ਦੀ ਸਾਜਿਸ਼ ਸੀ। ਕਵਰ ਨੌ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਮਾਤਾ ਚੰਦ ਕੌਰ ਗੱਦੀ ਤੇ ਬੈਠੀ, ਜਿਸ ਨੇ ਨਵੰਬਰ 1840 ਈਸਵੀ ਤੋਂ ਜਨਵਰੀ 1841 ਤੱਕ ਗੱਦੀ ਤੇ ਰਹੀ। ਉਸ ਸਮੇਂ ਗੱਦੀ ਦੇ ਦੋ ਦਾਅਵੇਦਾਰ ਸੀ, ਇੱਕ ਚੰਦ ਕੌਰ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸ਼ੇਰ ਸਿੰਘ। ਧਿਆਨ ਸਿੰਘ ਡੋਗਰਾ ਦੀ ਸਹਾਇਤਾ ਦੇ ਨਾਲ ਸ਼ੇਰ ਸਿੰਘ ਗੱਦੀ ਉੱਤੇ ਬੈਠਣਾ ਚਾਹੁੰਦਾ ਸੀ, ਲੇਕਿਨ ਰਾਣੀ ਚੰਦ ਕੌਰ ਵੀ ਵਧੇਰੇ ਚਤਰ ਸੀ। ਉਸਨੇ ਸੰਧਾ ਵਾਲੀਏ ਸਰਦਾਰ ਅਜੀਤ ਸਿੰਘ ਤੇ ਅਤਰ ਸਿੰਘ ਦੀ ਸਹਾਇਤਾ ਦੇ ਨਾਲ ਰਾਜ ਦੀ ਬਾਗਡੋਰ ਆਪਣੇ ਹੱਥਾਂ ਦੇ ਵਿੱਚ ਲਈ। ਰਾਣੀ ਚੰਦ ਕੌਰ ਵੀ ਓਨੀ ਯੋਗ ਨਹੀਂ ਸੀ ਕਿ ਰਾਜ ਸੰਭਾਲ ਸਕੇ। ਧਿਆਨ ਸਿੰਘ ਡੋਗਰਾ ਤੇ ਸ਼ੇਰ ਸਿੰਘ ਨੇ ਮਿਲ ਕੇ ਸੈਨਾ ਦੀ ਤਨਖਾਹ ਵਧਾ ਕੇ ਸੈਨਾ ਨੂੰ ਆਪਣੀ ਤਰਫ ਕਰ ਲਿਆ। ਉਸ ਤੋਂ ਬਾਅਦ ਸ਼ੇਰ ਸਿੰਘ ਨੇ ਫਿਰ ਰਾਣੀ ਚੰਦ ਕੌਰ ਨੂੰ ਲਲਕਾਰ ਮਾਰੀ ਕਿ ਕਿਲ੍ਹਾ ਖਾਲੀ ਕਰ ਦਿੱਤਾ ਜਾਵੇ, ਲੇਕਿਨ ਰਾਣੀ ਚੰਦ ਕੌਰ ਕਿਲ੍ਹੇ ਦੇ ਵਿੱਚ ਡਟੀ ਰਹੀ। ਸ਼ੇਰ ਸਿੰਘ ਨੇ ਹਮਲਾ ਕੀਤਾ। 2 ਦਿਨ ਲੜਾਈ ਚੱਲਣ ਤੋਂ ਬਾਅਦ ਚੰਦ ਕੌਰ ਨੂੰ ਹਰਾ ਕੇ ਸ਼ੇਰ ਸਿੰਘ ਨੇ ਕਿਲ੍ਹੇ ਤੇ ਕਬਜ਼ਾ ਕਰ ਲਿਆ। ਪਰ ਕਿਹਾ ਜਾਂਦਾ ਹੈ ਕਿ ਸ਼ੇਰ ਸਿੰਘ ਨੇ ਰਾਣੀ ਜਿੰਦ ਕੌਰ ਦੇ ਨਾਲ ਬਹੁਤ ਵਧੀਆ ਵਰਤਾਓ ਕੀਤਾ, ਉਸਦੇ ਰਹਿਣ ਦੇ ਲਈ ਅਲੱਗ ਜਗ੍ਹਾ ਬਣਾਈ, ਉਸਨੂੰ ਪੈਨਸ਼ਨ ਵੀ ਲਗਾਈ। ਅਖੀਰ 1842 ਈਸਵੀ ਨੂੰ ਰਾਣੀ ਚੰਦ ਕੌਰ ਨੂੰ ਉਸਦੇ ਆਪਣੇ ਹੀ ਸੇਵਾਦਾਰਾਂ ਨੇ ਕਤਲ ਕਰ ਦਿੱਤਾ ਸੀ। ਹੁਣ ਲਾਹੌਰ ਦਰਬਾਰ ਦੀ ਗੱਦੀ ਤੇ ਬੈਠਿਆ ਸ਼ੇਰ ਸਿੰਘ। ਰਾਣੀ ਚੰਦ ਕੌਰ ਨੂੰ ਹਰਾਉਣ ਤੋਂ ਬਾਅਦ ਸ਼ੇਰ ਸਿੰਘ ਆਪਣੇ ਆਪ ਨੂੰ ਲਾਹੌਰ ਦਾ ਮਹਾਰਾਜਾ ਸਮਝਣ ਲੱਗਿਆ ਸੀ। ਧਿਆਨ ਸਿੰਘ ਡੋਗਰਾ ਨੂੰ ਸ਼ੇਰ ਸਿੰਘ ਨੇ ਆਪਣਾ ਪ੍ਰਧਾਨ ਮੰਤਰੀ ਬਣਾ ਲਿਆ। ਗੱਦੀ ਉੱਤੇ ਬੈਠਣ ਤੋਂ ਬਾਅਦ ਸ਼ੇਰ ਸਿੰਘ ਰਾਜ ਦੇ ਹਾਲਾਤਾਂ ਨੂੰ ਸੁਧਾਰਨਾ ਚਾਹੁੰਦਾ ਸੀ, ਲੇਕਿਨ ਉਹ ਵੀ ਜ਼ਿਆਦਾ ਸਫਲ ਨਹੀਂ ਹੋ ਸਕਿਆ। ਖਾਲਸਾ ਫੌਜ ਦੇ ਸਿਰ ਤੇ ਸ਼ੇਰ ਸਿੰਘ ਲਾਹੌਰ ਦਾ ਮਹਾਰਾਜਾ ਬਣਿਆ ਸੀ, ਲੇਕਿਨ ਤਨਖਾਹ ਵਧਾਉਣ ਤੋਂ ਇਲਾਵਾ ਖਾਲਸਾ ਫੌਜ ਦੀਆਂ ਹੋਰ ਉਹ ਮੰਗਾਂ ਨੂੰ ਪੂਰਾ ਨਹੀਂ ਕਰ ਸਕਿਆ। ਸ਼ੇਰ ਸਿੰਘ ਤੇ ਖੜਕ ਸਿੰਘ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਸੀ, ਕਿਉਂਕਿ ਸ਼ੇਰ ਸਿੰਘ ਵੀ ਖੜਕ ਸਿੰਘ ਦੀ ਤਰ੍ਹਾਂ ਫਾਲਤੂ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਦੇ ਵਿੱਚ ਟਾਈਮ ਬਰਬਾਦ ਕਰਨ ਵਾਲਾ ਬੰਦਾ ਸੀ। ਉਸਨੇ ਆਪਣੀਆਂ ਸਾਰੀਆਂ ਪਾਵਰਾਂ ਧਿਆਨ ਸਿੰਘ ਦੇ ਹੱਥ ਦੇ ਦਿੱਤੀਆਂ ਤੇ ਧਿਆਨ ਸਿੰਘ ਨੇ ਮੌਕੇ ਦਾ ਫਾਇਦਾ ਉਠਾ ਕੇ ਥੱਲੇ ਤੋਂ ਉੱਪਰ ਤੱਕ ਦੇ ਸਾਰੇ ਅਧਿਕਾਰੀ ਬਦਲ ਦਿੱਤੇ, ਆਪਣੇ ਬੰਦੇ ਲਗਾ ਦਿੱਤੇ ਤੇ ਸਾਰੀ ਸਿਚੁਏਸ਼ਨ ਨੂੰ, ਸਾਰੇ ਹਾਲਾਤਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ। ਥੋੜੇ ਸਮੇਂ ਬਾਅਦ ਫਿਰ ਸ਼ੇਰ ਸਿੰਘ ਵੀ ਧਿਆਨ ਸਿੰਘ ਡੋਗਰੇ ਤੋਂ ਛੁਟਕਾਰਾ ਪਾਉਣ ਦੀ ਬਿਉਂਤ ਬਣਾਉਣ ਲੱਗਿਆ, ਕਿਉਂਕਿ ਹੁਣ ਉਸਦੇ ਹੱਥ ਜ਼ਿਆਦਾ ਪਾਵਰ ਨਹੀਂ ਸੀ, ਇਸ ਲਈ ਉਹ ਵੀ ਧਿਆਨ ਸਿੰਘ ਡੋਗਰੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਛੁਟਕਾਰਾ ਪਾਉਣ ਦੇ ਲਈ ਸ਼ੇਰ ਸਿੰਘ ਨੇ ਸੰਧੇ ਵਾਲੀਆ ਸਰਦਾਰ ਅਤਰ ਸਿੰਘ ਤੇ ਅਜੀਤ ਸਿੰਘ ਨੂੰ ਬੁਲਾਇਆ, ਲੇਕਿਨ ਸੰਧਾ ਵਾਲੀਆ ਸਰਦਾਰ
ਸਰਕਾਰ ਪਹਿਲਾਂ ਹੀ ਸ਼ੇਰ ਸਿੰਘ ਵੱਲੋਂ ਕੀਤੇ ਗਏ ਵਰਤਾਵ ਦਾ ਬਦਲਾ ਲੈਣਾ ਚਾਹੁੰਦਾ ਸੀ ਤੇ ਉਸਨਾਂ ਨੂੰ ਹੁਣ ਮੌਕਾ ਮਿਲ ਗਿਆ ਸੀ ਬਦਲਾ ਲੈਣ ਦਾ। ਉਹਨਾਂ ਨੇ ਘੋੜਸਵਾਰਾਂ ਦਾ ਨਿਰੀਖਣ ਕਰਨ ਦੇ ਲਈ ਸ਼ੇਰ ਸਿੰਘ ਨੂੰ ਨਿਯੋਤਾ ਦਿੱਤਾ ਤੇ ਸ਼ੇਰ ਸਿੰਘ ਗਿਆ। ਸ਼ੇਰ ਸਿੰਘ ਨੂੰ ਅਜੀਤ ਸਿੰਘ ਨੇ ਇੱਕ ਬੰਦੂਕ ਪੇਸ਼ ਕੀਤੀ। ਜਦੋਂ ਬੰਦੂਕ ਫੜਨ ਦੇ ਲਈ ਸ਼ੇਰ ਸਿੰਘ ਥੱਲੇ ਚੁੱਕਿਆ ਤਾਂ ਅਜੀਤ ਸਿੰਘ ਨੇ ਪਹਿਲਾਂ ਹੀ ਲੋਡ ਕੀਤੀ ਹੋਈ ਗੰਨ ਦਾ ਘੋੜਾ ਦੱਬ ਦਿੱਤਾ ਤੇ ਸ਼ੇਰ ਸਿੰਘ ਮੌਕੇ ਤੇ ਹੀ ਢੇਰੀ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖਾਲਸਾ ਰਾਜ ਦਾ ਚੌਥਾ ਵਾਰਿਸ ਸ਼ੇਰ ਸਿੰਘ ਵੀ ਮਾਰਿਆ ਗਿਆ ਤੇ ਉਸਦੇ ਨਾਂ ਨਾਲ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ ਵੀ ਮਾਰਿਆ ਗਿਆ। ਸ਼ੇਰ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਦਾ ਪੰਜਵਾਂ ਵਾਰਿਸ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ, ਜਿਹੜਾ ਕਿ 1843 ਈਸਵੀ ਤੋਂ ਲੈ ਕੇ 1849 ਈਸਵੀ ਤੱਕ ਗੱਦੀ ਤੇ ਰਿਹਾ। ਉਸ ਸਮੇਂ ਉਹਨਾਂ ਦੀ ਉਮਰ ਮਹਿਜ 5 ਸਾਲ ਦੀ ਸੀ। ਉਹਨਾਂ ਦੀ ਸਰਪ੍ਰਸਤੀ ਉਹਨਾਂ ਦੀ ਦੇਖ ਰੇਖ ਮਹਾਰਾਣੀ ਜਿੰਦ ਕੌਰ ਖੁਦ ਕਰ ਰਹੇ ਸੀ। ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਸੀ ਤੇ ਖਾਲਸਾ ਰਾਜ ਦਾ ਆਖਰੀ ਮਹਾਰਾਜਾ ਸੀ। ਜਿੰਨਾ ਚਿਰ ਮਹਾਰਾਜਾ ਦਲੀਪ ਸਿੰਘ ਗੱਦੀ ਤੇ ਰਿਹਾ ਉਦੋਂ ਤੱਕ ਵੀ ਅੰਦਰੂਨੀਆਂ ਸਾਜ਼ਿਸ਼ਾਂ ਬਰਕਰਾਰ ਰਹੀਆਂ, ਲੇਕਿਨ ਮਹਾਰਾਣੀ ਜਿੰਦ ਕੌਰ ਤੇ ਮਹਾਰਾਜਾ ਦਲੀਪ ਸਿੰਘ ਦੀ ਦੇਖ ਰੇਖ ਦੇ ਵਿੱਚ ਖਾਲਸਾ ਫੌਜ ਨੇ ਹੋਰ ਵੀ ਤਾਕਤਵਰ ਹੋਣਾ ਸ਼ੁਰੂ ਕਰ ਦਿੱਤਾ ਸੀ। 1845 ਈਸਵੀ ਦੇ ਵਿੱਚ ਪਹਿਲਾ ਸਿੱਖ ਐਂਗਲੋ ਯੁੱਧ ਹੋਇਆ, ਜਿਸ ਦੇ ਵਿੱਚ ਸਿੱਖਾਂ ਦੀ ਹਾਰ ਹੋਈ, ਜਿਸ ਨਾਲ ਜਲੰਧਰ ਤੇ ਸਤਲੁਜ ਤੱਕ ਦਾ ਏਰੀਆ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਸੀ। ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਕੁਝ ਸਵਾਰਥੀ ਲੋਕਾਂ ਨੇ ਇੱਕ ਕੌਂਸਲ ਬਣਾ ਦਿੱਤੀ, ਜਿਸ ਨੂੰ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤੀ ਮਹਾਰਾਣੀ ਜਿੰਦ ਕੌਰ ਤੋਂ ਖੋ ਕੇ ਕੌਂਸਲ ਕੋਲ ਦੇ ਦਿੱਤੀ। ਫਿਰ 1849 ਈਸਵੀ ਦੇ ਵਿੱਚ ਹੁੰਦਾ ਹੈ ਦੂਸਰਾ ਸਿੱਖ ਐਂਗਲੋ ਯੁੱਧ, ਜਿਸ ਦੇ ਵਿੱਚ ਵੀ ਸਿੱਖਾਂ ਦੀ ਹਾਰ ਹੋਈ ਤੇ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਦਲੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਲੇਕਿਨ ਬਾਅਦ ਵਿੱਚ ਉਹਨਾਂ ਨੂੰ 500,000 ਰੁਪਏ ਸਾਲਾਨਾ ਦੀ ਪੈਨਸ਼ਨ ਲਗਾ ਦਿੱਤੀ ਤੇ ਮਹਾਰਾਣੀ ਜਿੰਦ ਕੌਰ ਦੇ ਨਾਲ ਉਹਨਾਂ ਨੂੰ ਇੰਗਲੈਂਡ ਭੇਜ ਦਿੱਤਾ, ਕਿਉਂਕਿ ਅੰਗਰੇਜ਼ਾਂ ਨੂੰ ਇਹ ਡਰ ਸੀ ਕਿ ਅਗਰ ਇਹ ਇੱਥੇ ਭਾਰਤ ਦੇ ਵਿੱਚ ਕਿਸੇ ਵੀ ਕੋਨੇ ਤੇ ਰਿਹਾ ਤਾਂ ਇਹ ਫਿਰ ਆਪਣੀ ਫੌਜ ਖੜੀ ਕਰਕੇ ਸਾਡੇ ਖਿਲਾਫ਼ ਬਗਾਵਤ ਕਰ ਸਕਦਾ ਹੈ, ਕਿਉਂਕਿ ਲਗਭਗ ਅੰਗਰੇਜ਼ ਸਾਰੇ ਭਾਰਤ ਨੂੰ ਉਸ ਟਾਈਮ ਆਪਣੇ ਕਬਜ਼ੇ ਦੇ ਵਿੱਚ ਕਰ ਚੁੱਕੇ ਸੀ। ਇੱਕ ਪੰਜਾਬ ਹੀ ਸੀ, ਲਾਹੌਰ ਦਾ ਏਰੀਆ ਸੀ, ਜਿਹੜਾ ਕਿ ਉਹਨਾਂ ਦੇ ਖੇਤਰ ਤੋਂ ਬਾਹਰ ਆਉਂਦਾ ਸੀ। ਦੂਸਰਾ ਐਂਗਲੋ ਸਿੱਖ ਯੁੱਧ ਜਿੱਤਣ ਤੋਂ ਬਾਅਦ ਉਹਨਾਂ ਨੇ ਉਹ ਵੀ ਖੇਤਰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ 500,000 ਰੁਪਏ ਸਾਲਾਨਾ ਪੈਨਸ਼ਨ ਲਗਾ ਕੇ ਮਹਾਰਾਣੀ ਜਿੰਦ ਕੌਰ ਦੇ ਨਾਲ ਇੰਗਲੈਂਡ ਦੇ ਵਿੱਚ ਭੇਜ ਦਿੱਤਾ। ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨ ਕਾਲ ਬਾਰੇ ਅਸੀਂ ਇੱਕ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਤੇ ਕਮੈਂਟ ਪਿੰਨ ਦੇ ਵਿੱਚ ਵੀ ਅਸੀਂ ਲਿੰਕ ਦੇ ਦੇਵਾਂਗੇ। ਉੱਥੇ ਤੁਸੀਂ ਜਾ ਕੇ ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨ ਦੀ ਵੀਡੀਓ ਦੇਖ ਸਕਦੇ ਹੋ ਤੇ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਦੇ ਸਿੱਖ ਰਾਜ ਦੇ ਵਾਰਸਾਂ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਨਾਲ ਹੀ ਤੁਸੀਂ ਕਮੈਂਟ ਕਰਕੇ ਸਾਨੂੰ ਇਹ ਵੀ ਦੱਸੋ ਕਿ ਤੁਸੀਂ ਕਿਸ ਜਗ੍ਹਾ ਤੇ ਕਿਹੜੇ ਸ਼ਹਿਰ ਦੇ ਵਿੱਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ। ਸਾਡੀ ਇੱਕ ਬੇਨਤੀ ਹੈ, ਸਾਡੀਆਂ ਇਹ ਵੀਡੀਓ ਤੁਸੀਂ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਤੇ ਆਪਾਂ ਦੇਖਦੇ ਵੀ ਹਾਂ ਕੀ ਕੁਝ ਸਾਨੂੰ ਦੇਖਣ ਨੂੰ ਮਿਲਦਾ ਹੈ, ਲੇਕਿਨ ਇਤਿਹਾਸ ਦੀਆਂ ਵੀਡੀਓ ਵੀ ਦੇਖਣੀਆਂ ਬਹੁਤ ਜ਼ਰੂਰੀ ਹੈ, ਬੱਚਿਆਂ ਨੂੰ ਖਾਸ ਕਰ ਦਿਖਾਉਣੀਆਂ ਜ਼ਰੂਰੀ ਹੈ ਤਾਂ ਜੋ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੂੰ ਇਤਿਹਾਸ ਦੇ ਨਾਲ ਜੋੜਿਆ ਜਾ ਸਕੇ। ਸਤਿ ਸ੍ਰੀ ਅਕਾਲ।